ਸੋ ਅਜਿਹੀ ਮਿਸਾਲ ਮੈਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਮਿਲੂਗੀ। ਸਿਆਣੀਆਂ ਗੱਲਾਂ ਤਾਂ ਮੈਂ ਸ਼ਾਇਦ ਬਹੁਤੀਆਂ ਨਾ ਕਰ ਸਕਾਂ ਜੀ, ਪਰ ਦਿਲੋਂ ਮੇਰੇ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ, ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ। ਤੇ ਬਾਕੀ ਉਸ ਜਰਮ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਜੀ, ਜੇ ਗੱਲ ਸਬਰ ਦੀ ਕਰਦੇ ਆ ਤਾਂ ਸਬਰ, ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੂੰਗਾ, ਉਹ ਨਾਮ ਹੈ ਸਰਦਾਰ ਸ਼ਹੀਦ ਊਧਮ ਸਿੰਘ ਜੀ ਦਾ। ਸਬਰ ਸਿੱਖਣਾ ਤੁਸੀਂ ਪਤੰਦਰੋਂ ਸਾਡੇ ਤੋਂ ਪੁੱਛਦੇ ਹੋ, ਹਾਸਾ ਆਉਂਦਾ ਮੈਨੂੰ ਇਸ ਗੱਲ ਦੇ ਉੱਤੇ। ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਸਰਕਾਰੋਂ, ਬੇਨਤੀ ਕਰਦੇ ਹਾਂ ਕਿ ਕਾਨੂੰਨ ਵਾਪਸ ਲੈ ਲਓ, ਇਹ ਸਾਡੇ ਹੱਥ ਖੁੱਲਣ ਨਾ ਦਿਓ। ਸੱਚੇ ਪਾਤਸ਼ਾਹ ਕਿ ਮੈਂ ਇਹੀ ਅਰਦਾਸ ਕਰਦਾ ਵੀ ਜੇ ਸਾਡੇ ਇਹ ਹੱਥ ਖੁੱਲਣ ਤਾਂ ਫਤਿਹ ਦੀਆਂ ਜਿੱਤ ਦੀਆਂ ਜੱਫੀਆਂ ਪਾਉਣ ਲਈ ਖੁੱਲਣ, ਨਹੀਂ ਤਾਂ ਜੇ ਇਹ ਹੱਥ ਖੁੱਲ ਗਏ ਤਾਂ ਸਾਡੇ ਬਾਬੇ ਤਿਆਰ ਬੈਠੇ ਨੇ, ਟਰਾਲੀਆਂ ਸਾਡੀਆਂ ਤਿਆਰ ਨੇ, ਉਹ ਸੰਗਲ ਪਾ ਕੇ ਦਿੱਲੀ ਨੂੰ ਧੂ ਕੇ ਲੈ ਜਾਣਗੀਆਂ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੱਲਾਂ ਆਪਣੀਆਂ ਪਿਛਲੀ ਵਾਰੀ ਸਾਰੀਆਂ ਹੋ ਗਈਆਂ ਸੀ ਜੀ, ਆਪਾਂ ਪਿਛਲੀ ਵਾਰੀ ਇੱਕ ਗੱਲ ਸਾਂਝੀ ਕੀਤੀ ਸੀਗੀ, ਗੱਲ ਸੀਗੀ ਸਬਰ ਦੀ। ਸੋ ਸਾਰੇ ਜਾਣਿਆਂ ਨੂੰ ਸਲੂਟ ਹੈ ਜੀ, ਜਿਹੜੇ ਸਬਰ ਦੇ ਨਾਲ ਸ਼ਾਂਤਮਈ ਤਰੀਕੇ ਦੇ ਨਾਲ ਆਪਾਂ ਆਪਣੇ ਅੰਦੋਲਨ ਨੂੰ ਅੱਗੇ ਲੈ ਕੇ ਜਾ ਰਹੇ ਹਾਂ। ਸੋ ਅਜਿਹੀ ਮਿਸਾਲ ਮੈਨੂੰ ਨਹੀਂ ਲੱਗਦਾ ਕਿ ਪੂਰੀ ਦੁਨੀਆ ਦੇ ਵਿੱਚ ਕਿਤੇ ਦੇਖਣ ਨੂੰ ਮਿਲੂਗੀ। ਸਿਆਣੀਆਂ ਗੱਲਾਂ ਤਾਂ ਮੈਂ ਸ਼ਾਇਦ ਬਹੁਤੀਆਂ ਨਾ ਕਰ ਸਕਾਂ ਜੀ, ਪਰ ਦਿਲੋਂ ਵੀਰੇ ਤੁਹਾਨੂੰ ਸਾਰਿਆਂ ਨੂੰ ਲਵ ਯੂ ਆ, ਸਲੂਟ ਹੈ ਜੀ ਤੁਹਾਨੂੰ ਸਾਰਿਆਂ ਨੂੰ। ਤੇ ਬਾਕੀ ਉਸ ਜਰਮ ਸਰਕਾਰ ਨੂੰ ਮੈਂ ਕਹਿਣਾ ਚਾਹੁੰਦਾ ਜੀ, ਜੇ ਗੱਲ ਸਬਰ ਦੀ ਕਰਦੇ ਆ ਤਾਂ ਸਬਰ, ਮੈਂ ਸਿਰਫ ਇੱਕ ਉਦਾਹਰਨ ਦੇਣੀ ਚਾਹੂੰਗਾ, ਉਹ ਨਾਮ ਹੈ ਸਰਦਾਰ ਸ਼ਹੀਦ ਊਧਮ ਸਿੰਘ ਜੀ ਦਾ। ਸਬਰ ਸਿੱਖਣਾ ਤੁਸੀਂ ਪਤੰਦਰੋਂ ਸਾਡੇ ਤੋਂ ਪੁੱਛਦੇ ਹੋ, ਹਾਸਾ ਆਉਂਦਾ ਮੈਨੂੰ ਇਸ ਗੱਲ ਦੇ ਉੱਤੇ। ਸੋ ਮੈਂ ਇਹੀ ਕਹਿਣਾ ਕਿ ਜੀ ਸਾਡੇ ਹੱਥ ਬੰਨੇ ਹੋਏ ਨੇ, ਅਸੀਂ ਦੋਨੇ ਹੱਥ ਜੋੜ ਕੇ ਅਰਦਾਸ ਕਰਦੇ ਹਾਂ ਤੁਹਾਡੇ ਅੱਗੇ ਸਰਕਾਰੋਂ, ਬੇਨਤੀ ਕਰਦੇ ਹਾਂ ਕਿ ਕਾਨੂੰਨ ਵਾਪਸ ਲੈ ਲਓ, ਇਹ ਸਾਡੇ ਹੱਥ ਖੁੱਲਣ ਨਾ ਦਿਓ। ਸੱਚੇ ਪਾਤਸ਼ਾਹ ਅੱਗੇ ਮੈਂ ਇਹੀ ਅਰਦਾਸ ਕਰਦਾ ਵੀ ਜੇ ਸਾਡੇ ਇਹ ਹੱਥ ਖੁੱਲਣ ਤਾਂ ਫਤਿਹ ਦੀਆਂ ਜਿੱਤ ਦੀਆਂ ਜੱਫੀਆਂ ਪਾਉਣ ਲਈ ਖੁੱਲਣ, ਨਹੀਂ ਤਾਂ ਜੇ ਇਹ ਹੱਥ ਖੁੱਲ ਗਏ ਤਾਂ ਸਾਡੇ ਬਾਬੇ ਤਿਆਰ ਬੈਠੇ ਨੇ, ਟਰਾਲੀਆਂ ਸਾਡੀਆਂ ਤਿਆਰ ਨੇ, ਉਹ ਸੰਗਲ ਪਾ ਕੇ ਦਿੱਲੀ ਨੂੰ ਧੂ ਕੇ ਲੈ ਜਾਣਗੀਆਂ। ਸੋ ਉਹ ਆਪਾਂ ਗੱਲਾਂ ਤੇ ਨਹੀਂ ਜਾਣਾ, ਬਸ ਇਹੀ ਅਰਦਾਸ ਹੈ ਤੁਹਾਡੇ ਸਾਰਿਆਂ ਅੱਗੇ। ਮੈਂ ਫਿਰ ਤੋਂ ਕਹਿਣਾ ਕਿ ਸਿਰ ਝੁਕਦਾ ਕਿ ਜਿਹੜੇ ਸਬਰ ਸੰਤੋਖ ਦਾ ਆਪਾਂ ਪ੍ਰਮਾਣ ਹੁਣ ਤੱਕ ਦਿੱਤਾ ਹੈ, ਇਸੇ ਸਬਰ ਸੰਤੋਖ ਦੇ ਨਾਲ ਆਪਾਂ ਇਸ ਅੰਦੋਲਨ ਨੂੰ ਅੱਗੇ ਲੈ ਕੇ ਜਾਣਾ ਤੇ ਫਤਿਹ ਦੇ ਜਿੱਤ ਦੇ ਝੰਡੇ ਗੱਡ ਕੇ ਘਰੇ ਮੁੜਨਾ। ਸੋ ਫਤਿਹ ਸਾਂਝੀ ਕਰਦੇ ਆ ਜੀ, ਬੋਲੋ ਨਿਹਾਲ, ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਏਕਤਾ ਜ਼ਿੰਦਾਬਾਦ। ਗਲਤੀ ਭੁੱਲ ਚੁੱਕ ਮਾਫ਼ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।